ਕਿੰਨੀਆਂ ਸਦੀਆਂ ਪੰਜਾਬੀ ਮੁਟਿਆਰਾਂ ਲੋਕ ਗੀਤਾਂ ਦੇ ਓਲਿਆਂ ਵਿੱਚ ਬੇਨਾਮ ਰਹਿ ਕੇ ਆਪਣੇ ਵਲਵਲੇ ਰੀਝਾਂ ਸਦਰਾਂ ਤੇ ਦੁੱਖਾਂ ਸੁੱਖਾਂ ਨੂੰ ਗਾਉਂਦੀਆਂ ਰਹੀਆਂ। 19ਵੀਂ ਸਦੀ ਦੇ ਆਰੰਭ ਵਿੱਚ ਰੂਹਾਨੀ ਸੋਚਾਂ ਤੇ ਉਮੰਗਾਂ ਨਾਲ ਭਰੀ ਹੋਈ ਇੱਕ ਪੰਜਾਬਣ ਨੇ ਆਪਣੀਆਂ ਰੂਹ ਦੀਆਂ ਛੱਲਾਂ ਦਾ ਹਰਫਾਂ ਵਿੱਚ ਅਨੁਵਾਦ ਕੀਤਾ ਤੇ ਹੇਠਾਂ ਆਪਣਾ ਨਾਮ ਲਿਖਿਆ, ਪੀਰੋ। फिर 20वीं सदी विच अमृता प्रीतम के रूप विच एक पंजाबन ने अपने जज्बियां नूं कागज़ ते उतारिया। उस तो बाद कहानी, नॉवल ते कविता के खेतर विच पंजाबी नारी अदीबां दी एक कहकशां रोशन हो गई। उस कहकशां दे एक रोशन सितारे का नाम है सुखविंदर अमृत। सुखविंदर अमृत की शायरी विच एक नदी वर्गी रवानी है ते सावण की पहली फुहार की ताजगी वर्गा सजरापन। उसने अपनियां गजलां, गीतां ते नज़मां नाल नवी पंजाबी कविता विच एक गौरवमई स्थान हासिल किया। पंजाबी पाठकां ते श्रोतियां दे दिलां विच थां बनाई। एक औरत दे जज्बियां, सोचां, सुफनियां, तौखलियां ते रीझां नूं एक इहो जिही जुबान दित्ती जिस विच लोक गीतां वर्गी सहज सुभाविकता भी है ते एक नवे युग की सोच भी। उसकी कविता मुहब्बत दे सर चश्मियां नाल जुड़ी हुई है ते ओ एक एहो जिहा समाज सिरजण दी रीझ नाल भरी हुई है जिस विच साडे रिश्ते सामे सोहणे इंसाफ ते मुहब्बत नाल भरे हुए होण। एक छोटे जिहे पिंड सदरपुरे विच जन्मी सुखविंदर अमृत ने बहुत संघर्ष ते कालना नाल अपनी जिंदगी ते शायरी दा सफर शुरू कीता। लुधियाने जिले दा छोटा जा पिंड सदरपुरा मेरा पिंड आ। मैं सदरपुरे दे टिब्बियां ते खेड के वड्डी हुई। संगीत अते कविता मैनू बचपन तो ही खिच पाउंदे रहे। लाउड स्पीकरां च वजदे गीत, गुरद्वारे चो सुणदा पाठ, धार्मिक गीत ਮੈਨੂੰ ਬਹੁਤ ਚੰਗੇ ਲੱਗਦੇ ਸੀ। ਪੰਜ ਧੀਆਂ ਦੇ ਮਾਪੇ ਆਪਣੇ ਮਨ ਵਿੱਚ ਧੀਆਂ ਦਾ ਬੋਝ ਤੇ ਜ਼ਮਾਨੇ ਦਾ ਖੌਫ ਮਹਿਸੂਸ ਕਰਦੇ ਤੇ ਧੀਆਂ ਨੂੰ ਉਸ ਕਠੋਰ ਅਨੁਸ਼ਾਸਨ ਵਿੱਚ ਪਾਲਿਆ ਜਾਂਦਾ ਜਿੱਥੇ ਧੀਆਂ ਆਪਣੇ ਮਾਸੂਮ ਭਾਵਾਂ ਦਾ ਇਜ਼ਹਾਰ ਨਾ ਕਰ ਸਕਦੀਆਂ। ਪਰ ਜਿਵੇਂ ਸੁਰਜੀਤ ਪਾਤਰ ਨੇ ਸੁਖਵਿੰਦਰ ਅੰਮ੍ਰਿਤ ਬਾਰੇ ਲਿਖਦਿਆਂ ਇੱਕ ਲੇਖ ਵਿੱਚ ਲਿਖਿਆ ਕਿ ਹਨੇਰੇ ਵਿੱਚ ਪਏ ਬੂਟੇ ਉੱਧਰ ਨੂੰ ਵੱਧਦੇ ਨੇ ਜਿੱਧਰੋਂ ਰੋਸ਼ਨੀ ਆਉਂਦੀ ਹੈ। ਪਿੰਡਾਂ ਦੀ ਫਿਜ਼ਾ ਵਿੱਚ ਗੂੰਜਦੇ ਗੀਤਾਂ ਨੇ ਸੁਖਵਿੰਦਰ ਅੰਮ੍ਰਿਤ ਦੀ ਕਾਵਿਕ ਸੰਵੇਦਨਾ ਲਈ ਰੋਸ਼ਨੀ ਦਾ ਕੰਮ ਕੀਤਾ। ਕੌੜੇ ਬੋਲਾਂ ਵਿੱਚ ਪਲਦਾ ਇਹ ਬੂਟਾ ਵੀ ਉੱਧਰ ਨੂੰ ਵਧਣ ਲੱਗਾ ਜਿੱਧਰੋਂ ਗੀਤਾਂ ਦੇ ਬੋਲ ਆਉਂਦੇ ਸਨ। ਇਸ ਬੂਟੇ ਨੂੰ ਵੀ ਲਫ਼ਜ਼ਾਂ ਦੀਆਂ ਕਰੁੰਬਲਾਂ ਫੁੱਟਣ ਲੱਗੀਆਂ ਤੇ ਪਿੰਡ ਦੀ ਫਿਜ਼ਾ 'ਚ ਗੂੰਜਦੇ ਉਹ ਗੀਤ ਮੇਰੇ ਪ੍ਰੇਰਨਾ ਸਰੋਤ ਬਣ ਗਏ। ਫਿਰ ਉਹਨਾਂ ਗੀਤਾਂ ਨੂੰ ਸੁਣਦੀ ਸੁਣਦੀ ਪਤਾ ਨਹੀਂ ਕਦੋਂ ਮੈਂ ਆਪ ਵੀ ਗੀਤਾਂ ਦੀਆਂ ਤੁੱਕਾਂ ਜੋੜਨ ਲੱਗੀ। ਉਹਨਾਂ ਮਾਸੂਮ ਗੀਤਾਂ ਦੇ ਮਾਸੂਮ ਜਿਹੇ ਵਿਸ਼ੇ ਹੁੰਦੇ, ਕੁਛ ਗੀਤ ਮੇਰੀ ਪੜ੍ਹਾਈ ਬਾਰੇ ਹੁੰਦੇ, ਸਕੂਲ ਬਾਰੇ ਹੁੰਦੇ ਅਤੇ ਕੁਛ ਖੇਤਾਂ ਬਾਰੇ, ਕੁਛ ਫਸਲਾਂ ਬਾਰੇ, ਕੁਛ ਮੇਰੀਆਂ ਸਹੇਲੀਆਂ ਬਾਰੇ। ਮੈਨੂੰ ਯਾਦ ਹੈ ਜਦੋਂ ਮੈਂ ਪਹਿਲਾਂ ਗੀਤ ਲਿਖਿਆ ਸੀ ਤਾਂ ਉਹ ਮੇਰੀ ਔਖੀ ਪੜ੍ਹਾਈ ਬਾਰੇ ਸੀ। ਹਾਏ ਨੀ ਅਲਜਬਰਾ, ਹਾਏ ਨੀ ਅੰਗਰੇਜ਼ੀ, ਸਾਨੂੰ ਲੱਗਦੀ ਸਮਾਜਿਕ ਔਖੀ, ਨਾਗਰਿਕਤਾ ਵੀ ਕਿਹੜਾ ਸੌਖੀ, ਹਿਸਾਬ ਦਾ ਪੁਆੜਾ ਪੈ ਗਿਆ। ਸਾਨੂੰ ਲੱਗਦੀ ਇਹ ਖੇਡ ਪਿਆਰੀ, ਉੱਤੋਂ ਪੇਪਰਾਂ ਦੀ ਹੋਈ ਨਹੀਂ ਤਿਆਰੀ, ਮਹੀਨਾ ਸਾਰਾ ਇੱਕ ਰਹਿ ਗਿਆ। ਹਾਏ ਨੀ ਅਲਜਬਰਾ, ਹਾਏ ਨੀ ਅੰਗਰੇਜ਼ੀ। ਹੌਲੀ ਹੌਲੀ ਉਸਦੇ ਬਚਕਾਨੇ ਗੀਤਾਂ ਵਿੱਚ ਅੱਲੜ ਪੁਣੇ ਦੀ ਮਹਿਕ ਰਲਣ ਲੱਗੀ। ਉਸਦੀ ਮਾਂ ਨੂੰ ਉਹਦੇ ਇਹਨਾਂ ਗੀਤਾਂ ਤੋਂ ਕਿਵੇਂ ਭੈ ਜਿਹਾ ਆਇਆ ਅਤੇ ਉਸਨੇ ਉਹਦੀ ਗੀਤਾਂ ਵਾਲੀ ਕਾਪੀ ਚੁੱਲ੍ਹੇ ਵਿੱਚ ਡਾ ਦਿੱਤੀ। ਉਸ ਘਰ ਵਿੱਚ ਗੀਤਾਂ ਲਈ ਕੋਈ ਥਾਂ ਨਹੀਂ ਸੀ ਔਰ ਜਦੋਂ ਮੇਰੀ ਮਾਂ ਨੂੰ ਪਤਾ ਲੱਗਿਆ ਮੇਰੇ ਗੀਤਾਂ ਬਾਰੇ, ਉਹਨੇ ਮੇਰੇ ਗੀਤਾਂ ਦੀ ਕਾਪੀ ਪਾੜ ਕੇ ਚੁੱਲ੍ਹੇ ਵਿੱਚ ਸਿੱਟਦਿਆਂ ਆਖਿਆ, ਜੇ ਤੇਰੇ ਪਿਓ ਨੂੰ ਪਤਾ ਲੱਗ ਗਿਆ ਤੈਨੂੰ ਵੱਢ ਕੇ ਤੂੜੀ ਵਾਲੇ ਅੰਦਰ ਦੱਬ ਦੂ, ਕਬੀਲਦਾਰਾਂ ਦੀਆਂ ਧੀਆਂ ਗੀਤ ਗੂਤ ਨਹੀਂ ਲਿਖਦੀਆਂ ਹੁੰਦੀਆਂ। ਮੈਂ ਬਹੁਤ ਸਹਿਮ ਗਈ ਕਿਉਂਕਿ ਮੈਨੂੰ ਪਤਾ ਸੀ ਮੇਰੇ ਪਿਓ ਦੇ ਅੜਬ ਸੁਭਾਅ ਦਾ, ਉਹ ਸੱਚੀ ਮੁੱਚੀ ਮੈਨੂੰ ਵੱਢ ਕੇ ਤੂੜੀ ਵਾਲੇ ਅੰਦਰ ਦੱਬ ਸਕਦਾ ਸੀ।
ਅਤੇ ਮੈਂ ਫਿਰ ਕਦੇ ਵੀ ਹੌਸਲਾ ਨਹੀਂ ਕੀਤਾ ਆਪਣੇ ਗੀਤਾਂ ਨੂੰ ਕਾਪੀ 'ਤੇ ਉਤਾਰਨ ਦਾ। ਸੁਖਵਿੰਦਰ ਲਈ ਇਹ ਗੱਲ ਬਹੁਤ ਦੁੱਖ ਭਰੀ ਸੀ, ਪਰ ਉਸਨੇ ਇਹਨਾਂ ਦੁਖਦਾਈ ਪਲਾਂ ਵਿੱਚ ਵੀ ਇੱਕ ਸੋਹਣਾ ਸੁਪਨਾ ਲਿਆ ਕਿ ਧੀਆਂ ਦਾ ਕਿਹੜਾ ਇੱਕੋ ਘਰ ਹੁੰਦਾ ਹੈ। ਪੰਜਾਂ ਧੀਆਂ ਦਾ ਭਾਰ ਉਤਾਰਨ ਦੀ ਕਾਹਲੀ ਵਿੱਚ ਮਾਪਿਆਂ ਨੇ ਸਿਰਫ 17 ਸਾਲ ਦੀ ਬਾਲੜੀ ਉਮਰ ਵਿੱਚ ਸੁਖਵਿੰਦਰ ਦਾ ਵਿਆਹ ਕਰ ਦਿੱਤਾ। ਉਹ ਚਾਈ ਚਾਈ ਆਪਣੇ ਸਹੁਰੇ ਘਰ ਆ ਗਈ। 17 ਕੁ ਸਾਲ ਦੀ ਉਮਰ ਵਿੱਚ ਮੇਰਾ ਵਿਆਹ ਹੋ ਗਿਆ ਅਤੇ ਮੈਂ ਡੋਲੀ ਵਿੱਚ ਬੈਠ ਕੇ ਸ਼ਹਿਰ ਲੁਧਿਆਣੇ ਵਿੱਚ ਆ ਗਈ। ਉੱਥੇ ਆ ਕੇ ਜਦੋਂ ਮੈਂ ਦੇਖਿਆ ਉੱਥੇ ਵੀ ਇੱਕ ਉਹੀ ਚੁੱਲ੍ਹਾ ਬਲ ਰਿਹਾ ਸੀ ਜੋ ਮੇਰੇ ਪਿੰਡ ਸਦਰਪੁਰੇ ਬਲ ਰਿਹਾ ਸੀ। ਉੱਥੇ ਵੀ ਮੇਰੀਆਂ ਗੀਤਾਂ ਵਾਲੀਆਂ ਕਾਪੀਆਂ ਚੁੱਲ੍ਹੇ ਵਿੱਚ ਸੜਨ ਲੱਗੀਆਂ। ਉੱਥੇ ਵੀ ਉਹੀ ਕੁੱਟਣ ਭਰਿਆ ਮਾਹੌਲ, ਉਹੀ ਸੋਚ। ਔਰ ਥੋੜ੍ਹੇ ਜਿਹੇ ਦਿਨਾਂ ਬਾਅਦ ਮੈਂ ਦੇਖਿਆ ਕਿ ਸਾਡੇ ਘਰ ਦੀ ਛੋਟੀ ਛੋਟੀ ਚਾਰ ਦੀਵਾਰੀ 'ਤੇ ਇੱਟਾਂ ਚਿਣ ਕੇ ਉਹਨੂੰ ਹੋਰ ਉੱਚੀ ਕਰ ਦਿੱਤਾ ਗਿਆ ਤਾਂ ਕਿ ਮੈਂ ਵਿਹੜੇ 'ਚੋਂ ਬਾਹਰ ਨਾ ਦੇਖ ਸਕਾਂ। ਮੈਨੂੰ ਅਕਸਰ ਇੱਕ ਉਰਦੂ ਦਾ ਸ਼ੇਰ ਯਾਦ ਆਉਂਦਾ ਹੁੰਦਾ, ਅਭੀ ਤੋਂ ਮੈਨੇ ਤਸੱਵਰ ਕੀਆ ਥਾ ਰਿਹਾਈ ਕਾ, ਔਰ ਬੁਲੰਦ ਹੋ ਗਈ ਦੀਵਾਰੇ ਕੈਦਖਾਨੋਂ ਕੀ। ਉਹਨਾਂ ਦਿਨਾਂ ਦੇ ਦੁਖਦਾਈ ਭਾਵਾਂ ਨੂੰ ਸੁਖਵਿੰਦਰ ਨੇ ਆਪਣੇ ਸ਼ੇਰਾਂ ਵਿੱਚ ਇਸ ਤਰ੍ਹਾਂ ਢਾਲਿਆ। ਬੜੀ ਹੀ ਨਰਮ ਪੱਤੀ ਹਾਂ, ਤੂਫਾਨਾਂ ਦੀ ਸਤਾਈ ਹਾਂ, ਮੈਂ ਟੁੱਟ ਕੇ ਸ਼ਾਖ ਆਪਣੀ ਤੋਂ ਤੇਰੇ ਕਦਮਾਂ 'ਚ ਆਈ ਹਾਂ, ਮੈਂ ਕਿਸ ਨੂੰ ਆਪਣਾ ਆਖਾਂ ਕਿ ਇੱਥੇ ਕੌਣ ਹੈ ਮੇਰਾ। ਮੈਂ ਕੱਲ੍ਹ ਪੇਕੇ ਪਰ ਆਈ ਸੀ ਅਤੇ ਅੱਜ ਸਹੁਰੇ ਪਰ ਆਈ ਹਾਂ। ਮੇਰਾ ਜੱਗ 'ਤੇ ਮੁਕਾਮ ਹੈ ਦੋਸਤ, ਅਜੇ ਨਿਸ਼ਚਿਤ ਨਹੀਂ ਹੋਇਆ। ਕੋਈ ਆਖੇ ਮੈਂ ਜ਼ਰਾ ਹਾਂ, ਕੋਈ ਆਖੇ ਖੁਦਾਈ ਹਾਂ। ਪਰ ਇਹਨਾਂ ਤੂਫਾਨਾਂ ਝੱਖੜਾਂ ਵਿੱਚ ਵੀ ਸੁਖਵਿੰਦਰ ਨੇ ਆਪਣੇ ਮੱਥੇ ਵਿਚਲੀ ਜੋਤ ਨੂੰ ਬੁਝਣ ਨਹੀਂ ਦਿੱਤਾ, ਆਪਣੇ ਸੀਨੇ ਵਿਚਲੇ ਖੁਆਬ ਨੂੰ ਮਰਨ ਨਹੀਂ ਦਿੱਤਾ। ਆਖਿਰ ਉਸਦਾ ਸਿਦਕ ਰੰਗ ਲਿਆਇਆ। ਉਸਦੀ ਲਗਨ ਨੇ ਉਸਦੇ ਪਤੀ ਅਮਰਜੀਤ ਸਿੰਘ ਦਾ ਮਨ ਪਿਘਲਾ ਦਿੱਤਾ ਅਤੇ ਅਮਰਜੀਤ ਆਪ ਉਸ ਲਈ ਕਾਪੀ ਅਤੇ ਪੈੱਨ ਲੈ ਕੇ ਆਇਆ। ਉਦੋਂ ਸੁਖਵਿੰਦਰ ਸਿਰਫ 9ਵੀਂ ਪਾਸ ਸੀ। 12 ਸਾਲਾਂ ਦੇ ਵਕਫੇ ਮਗਰੋਂ ਉਹ ਮੁੜ ਸਕੂਲ ਵਿੱਚ ਪੜ੍ਹਨ ਲੱਗ ਪਈ, ਉਸੇ ਸਕੂਲ ਜਿੱਥੇ ਉਸਦੇ ਦੋ ਬੱਚੇ ਪੜ੍ਹਦੇ ਸਨ। ਸੰਘਰਸ਼ ਦੇ ਰਾਹ 'ਤੇ ਇਹ ਉਸਦਾ ਪਹਿਲਾ ਮਾਣ ਮੱਤਾ ਹਾਸਿਲ ਸੀ। ਮੇਰੇ ਨਾਲ ਸੁਖਵਿੰਦਰ ਦੀ ਸ਼ਾਦੀ ਹੋਈ। ਉਦੋਂ ਸੁਖਵਿੰਦਰ ਦਾ ਜਿਹੜੀ ਐਜੂਕੇਸ਼ਨ ਸੀਗੀ ਉਹ ਸਿਰਫ 9 ਜਮਾਤਾਂ ਦੀ ਸੀਗੀ ਅਤੇ ਸੁਖਵਿੰਦਰ ਨੂੰ ਬਹੁਤ ਪੜ੍ਹਨ ਦਾ ਲਿਖਣ ਦਾ ਬਹੁਤ ਜ਼ਿਆਦਾ ਸ਼ੌਕ ਸੀ ਅਤੇ ਆਪਣੇ ਬੱਚਿਆਂ ਨੂੰ ਵੀ ਸਕੂਲ ਦੇ ਵਿੱਚ ਲੈ ਕੇ ਜਾਣਾ ਪੜ੍ਹਾਉਣ ਵਾਸਤੇ, ਆਪ ਵੀ ਪੜ੍ਹਨਾ, ਇਸ ਚੀਜ਼ ਦਾ ਸੁਖਵਿੰਦਰ ਨੂੰ ਬਹੁਤ ਜ਼ਿਆਦਾ ਸ਼ੌਕ ਸੀ। ਸੁਖਵਿੰਦਰ ਨੇ ਪੰਜਾਬੀ ਦੀ MA ਵੀ ਕੀਤੀ। ਇਸ ਤਰ੍ਹਾਂ ਸੁਖਵਿੰਦਰ ਨੇ ਸਾਡੇ ਪਰਿਵਾਰ ਨੂੰ 4 ਚੰਨ ਲਾ ਦਿੱਤੇ। ਹੁਣ ਉਹ ਸਿਲੇਬਸ ਦੀਆਂ ਕਿਤਾਬਾਂ ਦੇ ਨਾਲ ਨਾਲ ਮਸ਼ਹੂਰ ਕਵੀਆਂ ਨੂੰ ਵੀ ਪੜ੍ਹਨ ਲੱਗੀ। ਸੁਰਜੀਤ ਪਾਤਰ ਦੀ ਸ਼ਾਇਰੀ ਪੜ੍ਹ ਕੇ ਉਹ ਉਸ ਦੀ ਮੁਰੀਦ ਹੋ ਗਈ ਅਤੇ ਮੁਰਸ਼ਦ ਦੀ ਰਹਿਨੁਮਾਈ ਵਿੱਚ ਕਵਿਤਾ ਦਾ ਅਗਲਾ ਸਫ਼ਰ ਸ਼ੁਰੂ ਕੀਤਾ। ਉਸ ਦੇ ਜਜ਼ਬਿਆਂ ਵਿੱਚ ਹੋਰ ਗਹਿਰਾਈ ਅਤੇ ਅੰਦਾਜ਼ ਵਿੱਚ ਤਿੱਖਾਪਣ ਆ ਗਿਆ। ਉਹ ਦਿਨ ਰਾਤ ਗਜ਼ਲਾਂ ਲਿਖਣ ਲੱਗ ਪਈ, ਅਖਬਾਰਾਂ ਰਸਾਲਿਆਂ ਵਿੱਚ ਛਪਣ ਲੱਗੀ, ਕਵੀ ਦਰਬਾਰਾਂ ਵਿੱਚ ਕਵਿਤਾਵਾਂ ਪੜ੍ਹਨ ਲੱਗੀ। ਖਾਣ ਨੂੰ ਤੈਨੂੰ ਖੀਰ ਦਊਂਗੀ, ਨਾਲ ਪਕਾ ਦਊਂ ਪੂੜਾ, ਬੈਠਣ ਨੂੰ ਤੈਨੂੰ ਕੁਰਸੀ ਦਊਂਗੀ, ਸੌਣ ਨੂੰ ਲਾਲ ਪੰਘੂੜਾ, ਲਾ ਕੇ ਤੇਲ ਤੇਰੇ ਵਾਧੂ ਬੋਧੇ, ਸਿਰ 'ਤੇ ਕਰ ਦਊਂ ਜੂੜਾ, ਜੇ ਮੇਰਾ ਪੁੱਤ ਬਣਨਾ ਲਿਖ ਕੇ ਵਿਖਾ ਦੇ ਊੜਾ, ਜੇ ਮੇਰਾ ਪੁੱਤ ਬਣਨਾ। 1997 ਵਿੱਚ ਉਸ ਦੀ ਪਹਿਲੀ ਗਜ਼ਲਾਂ ਦੀ ਕਿਤਾਬ ਸੂਰਜ ਦੀ ਦਹਿਲੀਜ਼ ਰਿਲੀਜ਼ ਹੋਈ। 1999 ਵਿੱਚ ਇੱਕ ਹੋਰ ਗਜ਼ਲਾਂ ਦੀ ਕਿਤਾਬ ਚਿਰਾਗਾਂ ਦੀ ਡਾਰ ਛਪ ਗਈ। ਇਹਨਾਂ ਦੋ ਕਿਤਾਬਾਂ ਦੇ ਛਪਣ ਨਾਲ ਸੁਖਵਿੰਦਰ ਅੰਮ੍ਰਿਤ ਪੰਜਾਬੀ ਗਜ਼ਲਕਾਰਾਂ ਦੀ ਮੋਰਲੀ ਕਤਾਰ ਵਿੱਚ ਸ਼ਾਮਿਲ ਹੋ ਗਈ। ਇਹਨਾਂ ਗਜ਼ਲਾਂ ਵਿੱਚ ਲੋਹੜੇ ਦੀ ਰਵਾਨੀ, ਆਪ ਮੁਹਾਰਤਾ, ਜਜ਼ਬੇ ਦੀ ਸ਼ਿੱਦਤ ਅਤੇ ਲਫ਼ਜ਼ਾਂ ਦੀ ਖੂਬਸੂਰਤੀ ਸੀ ਅਤੇ ਇਹਨਾਂ ਗਜ਼ਲਾਂ ਦਾ ਪ੍ਰਮੁੱਖ ਵਿਸ਼ਾ ਸੀ ਮੁਹੱਬਤ। ਸੁਪਨੇ ਵਿੱਚ ਇੱਕ ਰੁੱਖ ਤੇ ਲਿਖਿਆ ਰਾਤੀ ਆਪਣਾ ਨਾਮ,
ਹੋਠਾਂ 'ਤੇ ਹੁਣ ਬੰਸੀ ਵੀ ਜਰ ਹੁੰਦੀ ਨਹੀਂ, ਹਾਏ ਦਿਲ ਦੀ ਬੇਕਰਾਰੀ ਬਿਆਨ ਕਰ ਹੁੰਦੀ ਨਹੀਂ। ਮੇਰੀ ਕਵਿਤਾ ਦਾ ਕੇਂਦਰੀ ਵਿਸ਼ਾ ਮਾਨਵੀ ਪਿਆਰ ਆ। ਸੱਚਾ ਪਿਆਰ ਹਰੇਕ ਮਨ ਨੂੰ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਪਿਆਰ ਦੇ ਰਾਹ ਵਿੱਚ ਬਹੁਤ ਸਾਰੀਆਂ ਰੁਕਾਵਟਾਂ, ਦੀਵਾਰਾਂ, ਮੁਸ਼ਕਲਾਂ ਆਉਂਦੀਆਂ। ਜੋ ਵੀ ਪਿਆਰ ਦੇ ਰਾਹ ਵਿੱਚ ਰੁਕਾਵਟ ਆਉਂਦੀ ਆ, ਮੈਂ ਉਹਨਾਂ ਚੀਜ਼ਾਂ ਪ੍ਰਤੀ, ਚਾਹੇ ਉਹ ਸਾਡੀ ਮਰਿਆਦਾ ਵਾ, ਚਾਹੇ ਸਾਡਾ ਸਮਾਜ ਆ, ਜਾਂ ਉਹਨਾਂ ਪ੍ਰਤੀ ਮੇਰੇ ਮਨ ਵਿੱਚ ਰੋਹ ਜਾਗਦਾ। ਔਰ ਇਸ ਤਰ੍ਹਾਂ ਮੇਰੀ ਕਵਿਤਾ ਦਾ ਇੱਕ ਹੋਰ ਵਿਸ਼ਾ ਹੁੰਦਾ ਬਗਾਵਤ, ਫਿਰ ਮੇਰੀ ਕਵਿਤਾ ਬਗਾਵਤੀ ਰੂਪ ਅਖਤਿਆਰ ਕਰ ਲੈਂਦੀ ਆ। ਫਿਰ ਇੱਕ ਹੋਰ ਵਿਸ਼ਾ ਮੇਰੇ ਕਿ ਨਾਰੀ ਸਮੱਸਿਆਵਾਂ, ਮੇਰੀ ਬਹੁਤ ਸਾਰੀ ਕਵਿਤਾ ਨਾਰੀ ਸਮੱਸਿਆਵਾਂ ਨਾਲ, ਕੁੜੀਆਂ ਦੀਆਂ ਸਮੱਸਿਆਵਾਂ ਨਾਲ ਜੁੜੀ ਹੋਈ ਆ। ਮੈਂ ਕੁੜੀਆਂ ਬਾਰੇ, ਪੰਜਾਬ ਦੀਆਂ ਧੀਆਂ ਬਾਰੇ ਬਹੁਤ ਗੀਤ ਲਿਖੇ। ਔਰ ਮੈਂ ਇੱਕ ਛੋਟੀ ਜਿਹੀ ਕਵਿਤਾ ਲਿਖੀ ਸੀ ਸੱਪ ਅਤੇ ਮੋਰ, ਕਿ ਬਹੁਤ ਦੇਰ ਆਉਂਦਾ ਰਿਹਾ ਉਹਨਾਂ ਦੇ ਫੁੰਕਾਰਿਆਂ 'ਤੇ ਰੋ ਜਿਹਾ, ਫਿਰ ਮਨ ਦੇ ਮੋਰ ਨੇ ਸੱਪਾਂ ਦੇ ਸਿਰਾਂ 'ਤੇ ਨੱਚਣਾ ਸਿੱਖ ਲਿਆ। ਸੁਖਵਿੰਦਰ ਅੰਮ੍ਰਿਤ ਦੀ ਕਵਿਤਾ ਦੇ ਕਈ ਸ਼ੇਡ ਹਨ, ਪਰ ਮੈਨੂੰ ਉਹਦੇ ਬਹੁਤੇ ਸ਼ੇਡਾਂ 'ਚੋਂ ਜਿਹੜਾ ਸਭ ਤੋਂ ਹਾਈਲਾਈਟ ਹੁੰਦਾ ਸ਼ੇਡ ਪਸੰਦ ਹੈ, ਉਹ ਹੈ ਉਹਦੀ ਮੁਹੱਬਤੀ ਕਵਿਤਾ ਦਾ ਰੰਗ। ਕਿ ਜਿੰਨੀਆਂ ਵੀ ਉਹਦੀਆਂ ਕਿਤਾਬਾਂ ਆਈਆਂ, 9 ਕਿਤਾਬਾਂ ਆ ਚੁੱਕੀਆਂ ਹੁਣ ਤੱਕ, ਮੇਰੀ ਮਨਪਸੰਦ ਕਿਤਾਬ ਕਣੀਆਂ ਹੈ, ਉਹਦੇ 'ਚ ਵੀ ਸਾਰੀ ਦੀ ਸਾਰੀ ਜਿਹੜੀ ਉਹ ਕਿਤਾਬ ਹੈ ਉਹ ਮੁਹੱਬਤੀ ਰੰਗ ਨੂੰ ਦਰਸਾਉਣ ਵਾਲੀ ਜਿਹੜੀ ਹੈਗੀ ਆ। ਸੋ ਮੁਹੱਬਤੀ ਰੰਗ, ਪਰ ਸਾਰੀ ਦੀ ਸਾਰੀ ਕਵਿਤਾ ਇਕੱਲੀ ਮੁਹੱਬਤ ਦੀ ਨਹੀਂ ਹੈ, ਇਹ ਮੁਹੱਬਤ ਜੰਗ ਦੀ ਵੀ ਹੈ, ਇਹ ਮੁਹੱਬਤ ਇਨਕਲਾਬ ਦੀ ਵੀ ਹੈ, ਇਹ ਮੁਹੱਬਤ ਬਗਾਵਤ ਦੀ ਵੀ ਹੈ। ਖਾਸ ਕਰ ਉਦੋਂ ਜਦੋਂ ਉਹ ਕਹਿੰਦੀ ਹੈ ਕਿ ਔਰਤ ਜਦੋਂ ਅੱਗ ਹੋ ਜਾਂਦੀ ਹੈ ਤਾਂ ਜੰਗਲ ਤੋਂ ਰਾਹ ਨਹੀਂ ਪੁੱਛਦੀ। ਸੁਖਵਿੰਦਰ ਅੰਮ੍ਰਿਤ ਦੀ ਕਵਿਤਾ 'ਚੋਂ ਮਿੱਠੇ ਪ੍ਰੇਮ ਰਾਗ ਦੇ ਨਾਲ ਨਾਲ ਬਗਾਵਤੀ ਛੱਲਾਂ ਦੀ ਗਰਜ ਵੀ ਸੁਣਾਈ ਦਿੰਦੀ ਹੈ। ਉਹ ਲੁਕਾਈ ਨੂੰ ਹੱਕਾਂ ਪ੍ਰਤੀ ਸੁਚੇਤ ਕਰਦੀ ਹੈ ਅਤੇ ਭ੍ਰਿਸ਼ਟ ਪ੍ਰਬੰਧ ਦੇ ਖਿਲਾਫ ਆਵਾਜ਼ ਉਠਾਉਂਦੀ ਹੈ। ਸੁਖਵਿੰਦਰ ਨੇ ਵੰਨ ਸੁਵੰਨੇ ਕਾਵਿ ਰੂਪਾਂ ਵਿੱਚ ਸਿਰਜਣਾ ਕੀਤੀ। ਲੰਬੇ ਅਭਿਆਸ ਕਾਰਨ ਛੰਦ ਅਤੇ ਬੈਰ ਉਸ ਦੀ ਕਾਵਿ ਉਡਾਰੀ ਦੇ ਰਾਹ ਵਿੱਚ ਕਦੇ ਅੜਿੱਕਾ ਨਹੀਂ ਬਣੀ। ਸੁਖਵਿੰਦਰ ਅੰਮ੍ਰਿਤ ਦੀ ਬਹੁਤੀ ਸ਼ਾਇਰੀ ਮੁਹੱਬਤ ਦੇ ਸਰ ਚਸ਼ਮਿਆਂ ਤੋਂ ਸ਼ੁਰੂ ਹੁੰਦੀ ਹੈ, ਪਰ ਉਸਨੇ ਕੁਝ ਹੋਰ ਵੀ ਬਹੁਤ ਅਹਿਮ ਕਵਿਤਾਵਾਂ ਲਿਖੀਆਂ, ਜਿਨ੍ਹਾਂ ਵਿੱਚ ਪ੍ਰਦੇਸ਼ ਜਾਂਦੇ ਪੁੱਤਰਾਂ ਦਾ ਜ਼ਿਕਰ ਹੈ, ਜਿਨ੍ਹਾਂ ਵਿੱਚ ਉਹਨਾਂ ਸ਼ਹੀਦਾਂ ਦਾ ਜ਼ਿਕਰ ਹੈ ਜਿਹੜੇ ਸ਼ਹੀਦਾਂ ਦੇ ਬੁੱਤ ਉੱਥੋਂ ਲੰਘਦੀ ਖਲਕਤ ਨੂੰ ਦੇਖਦੇ ਨੇ ਅਤੇ ਸੋਚਦੇ ਹਨ ਕਿ ਅਸੀਂ ਸੁਪਨੇ ਕੀ ਲਏ ਸਨ ਅਤੇ ਇਸ ਇਹਨਾਂ ਥਾਵਾਂ ਦੀ ਹਕੀਕਤ ਕੀ ਹੋਈ। ਔਰ ਇਸ ਤੋਂ ਇਲਾਵਾ, ਕਿਉਂਕਿ ਉਸਦਾ ਜਨਮ ਪਿੰਡ ਵਿੱਚ ਹੋਇਆ, ਉਹ ਪਿੰਡ ਵਿੱਚ ਹੀ ਪਲੀ, ਔਰ ਉਹਦੀ ਕਵਿਤਾ ਵਿੱਚ ਉਹ ਵਿਸ਼ੇ ਵੀ ਆਉਂਦੇ ਨੇ ਜਿਹੜੇ ਇੱਕ ਆਮ ਕਿਸਾਨ ਫਸਲਾਂ ਖੇਤਾਂ ਨਾਲ ਸੰਬੰਧ ਰੱਖਦੇ ਹਨ। ਕਿੱਥੇ ਰੱਖ ਲਾਂ ਲੁਕੋ ਕੇ ਤੈਨੂੰ ਕਣਕੇ, ਰੁੱਤ ਬੇਈਮਾਨ ਹੋ ਗਈ, ਹਾਏ ਰੁੱਤ ਬੇਈਮਾਨ ਹੋ ਗਈ।
ਕਿੱਥੇ ਰੱਖ ਲਾਂ ਲਕੋ ਕੇ ਤੈਨੂੰ ਕਣਕੇ ਰੁੱਤ ਬੇਈਮਾਨ ਹੋ ਗਈ ਹਾਏ ਰੁੱਤ ਬੇਈਮਾਨ ਹੋ ਗਈ ਸੁਣ ਰੱਬਾ ਸੋਹਣਿਆ ਤੂੰ ਸੋਹਣੀ ਰੁੱਤ ਮੋੜ ਦੇ ਕਣਕਾਂ ਕੁਆਰੀਆਂ ਨੂੰ ਘਰੋਂ ਘਰੀ ਤੋਰ ਦੇ ਸੁਣ ਰੱਬਾ ਸੋਹਣਿਆ ਤੂੰ ਸੋਹਣੀ ਰੁੱਤ ਮੋੜ ਦੇ ਕਣਕਾਂ ਕੁਆਰੀਆਂ ਨੂੰ ਘਰੋਂ ਘਰੀ ਤੋਰ ਦੇ ਕਿਹੜਾ ਤੇਰੇ ਪੈਰ ਕੱਸ ਦੇ ਕਿਹੜਾ ਤੇਰੇ ਪੈਰ ਕੱਸ ਦੇ ਆ ਜਾ ਖੇਤਾਂ 'ਚ ਸੁਨਹਿਰੀ ਧੁੱਪ ਬਣ ਕੇ ਰੁੱਤ ਬੇਈਮਾਨ ਹੋ ਗਈ ਹਾਏ ਰੁੱਤ ਬੇਈਮਾਨ ਹੋ ਗਈ ਹਾਂ ਰੁੱਤ ਬੇਈਮਾਨ ਹੋ ਗਈ। ਉਸਨੇ ਆਪਣੀ ਮੁਹਾਰਤ ਤੇ ਪ੍ਰਤਿਭਾ ਸਦਕਾ ਗਜ਼ਲਾਂ ਗੀਤਾਂ ਨਜ਼ਮਾਂ ਬੋਲੀਆਂ ਟੱਪਿਆਂ ਆਦਿ ਨੂੰ ਇੱਕੋ ਜਿਹੀ ਸ਼ਿੱਦਤ ਨਾਲ ਨਿਭਾਇਆ ਹੈ। ਨੈਣਾ ਦਾ ਵਨਜਾਰਾ ਸਈਓਂ ਗਜਰੇ ਵੇਚਣ ਆਇਆ ਨੀ ਨੈਣਾ ਦਾ ਵਨਜਾਰਾ ਗਲੀ ਗਲੀ ਵਿੱਚ ਮਾਰੇ ਗੇੜੇ ਤੱਕਦਾ ਫਿਰਦਾ ਚਾਰ ਚੁਫੇਰੇ ਇਉਂ ਲੱਗਦਾ ਜਿਉਂ ਵਿੱਚ ਹਨੇਰੇ ਉਹਨੇ ਚੰਨ ਗਵਾਇਆ ਨੀ ਨੈਣਾ ਦਾ ਵਨਜਾਰਾ ਸਈਓ ਗਜਰੇ ਵੇਚਣ ਆਇਆ ਨੀ ਨੈਣਾ ਦਾ ਵਨਜਾਰਾ। ਉਸ ਦੀਆਂ ਗਜ਼ਲਾਂ ਵਿੱਚ ਰੂਪ ਦੀ ਪਕਿਆਈ ਦੇ ਨਾਲ ਨਾਲ ਜਜ਼ਬਿਆਂ ਅਤੇ ਭਾਵਾਂ ਦੇ ਇਜ਼ਹਾਰ ਦੀ ਇੱਕ ਵਿਸ਼ਾਲ ਰੇਂਜ ਹੈ। ਸੁਖਵਿੰਦਰ ਅੰਮ੍ਰਿਤ ਅਜੋਕੀ ਪੰਜਾਬੀ ਸ਼ਾਇਰੀ ਦਾ ਇੱਕ ਰੌਸ਼ਨ ਨਾਮ ਹੈ। ਉਹਦੀ ਸ਼ਾਇਰੀ ਵਿੱਚ ਆਪ ਮੁਹਾਰਾਪਨ ਹੈ ਔਰ ਇੱਕ ਸਹਿਜ ਸੁਭਾਵਕ ਸੰਗੀਤ ਹੈ, ਰਵਾਨੀ ਹੈ, ਭਾਸ਼ਾ ਅਤੇ ਬਿੰਬਾਂ ਦੀ ਬਹੁਤ ਵੱਡੀ ਅਮੀਰੀ ਹੈ। ਉਸਨੇ ਪੁਰਖ ਪ੍ਰਧਾਨ ਸਮਾਜ ਦੇ ਵਿਵਹਾਰ ਅਤੇ ਇਹਦੀਆਂ ਰੀਤਾਂ ਰਸਮਾਂ ਦਾ ਖੰਡਨ ਵੀ ਕੀਤਾ, ਪਰ ਸਮੁੱਚੀ ਕਾਇਨਾਤ ਦੇ ਪ੍ਰਸੰਗ ਵਿੱਚ ਉਹ ਪੁਰਸ਼ ਅਤੇ ਔਰਤ ਨੂੰ ਇੱਕ ਦੂਸਰੇ ਦੇ ਪੂਰਕ ਸਮਝਦੀ ਹੈ। ਇਸ ਲਈ ਉਸਨੇ ਚਾਹਤ ਦੀਆਂ, ਉਡੀਕ ਦੀਆਂ, ਸੰਯੋਗ ਅਤੇ ਵਿਯੋਗ ਦੀਆਂ, ਮੁਹੱਬਤ ਦੀਆਂ ਬੇਮਿਸਾਲ ਜੀਵਨਮਈ ਕਵਿਤਾਵਾਂ ਲਿਖੀਆਂ। ਉਸਦੀ ਸ਼ਾਇਰੀ ਵਿੱਚ ਬਗਾਵਤ ਵੀ ਹੈ, ਵਿਦਰੋਹ ਵੀ ਹੈ, ਪਰ ਇੱਕ ਨਵੇਂ ਸੱਭਿਆਚਾਰ ਦਾ ਸੁਪਨਾ ਵੀ ਹੈ, ਜਿਸ ਸੱਭਿਆਚਾਰ ਵਿੱਚ ਮਨੁੱਖੀ ਰਿਸ਼ਤੇ ਪਾਵਨ ਹੋਣ, ਉਹਨਾਂ ਵਿੱਚ ਆਰਥਿਕ ਮਜ਼ਦੂਰੀਆਂ ਦੀ ਅਤੇ ਨਾਮੁਖੀ ਰੀਤਾਂ ਦਾ ਗੰਧਲਾਪਨ ਨਾ ਹੋਵੇ। ਉਸ ਦੀਆਂ ਨਜ਼ਮਾਂ ਵਿੱਚ ਇੱਕ ਦਿਲਕਸ਼ ਸਹਿਜ ਸੁਭਾਵਿਕਤਾ ਤੇ ਗਹਿਰਾਈ ਹੈ। ਸੁਖਵਿੰਦਰ ਅੰਮ੍ਰਿਤ ਇੱਕ ਜਿਹੀ ਆਦਤ ਹੈ, ਉਹ ਉਹਨਾਂ ਵਿਰਲੀਆਂ ਔਰਤਾਂ ਵਿੱਚੋਂ ਹੈ ਜਿਹੜੀਆਂ ਜ਼ਿੰਦਗੀ ਨਾਲ ਗੀਟਿਆਂ ਵਾਂਗ ਖੇਡਦੀਆਂ ਨੇ। ਉਹ ਆਪਣੀ ਰਚਨਾਤਮਿਕ ਪ੍ਰਤਿਭਾ ਨਾਲ ਕੋਸ਼ਿਸ਼ ਕਰਦੀ ਹੈ ਕਿ ਅੰਬਰੋਂ ਤਾਰੇ ਤੋੜ ਲਿਆਵੇ ਅਤੇ ਸਮੁੰਦਰ ਦੇ ਪਾਣੀਆਂ ਨੂੰ ਹੰਘਾਲ ਕੇ ਮੋਤੀ ਲੱਭ ਲਿਆਵੇ। ਉਹ ਇਹ ਵੀ ਕੋਸ਼ਿਸ਼ ਕਰਦੀ ਹੈ ਕਿ ਪੱਥਰ ਵਿੱਚੋਂ ਕਿਸੇ ਦੇਵਤੇ ਨੂੰ ਸਿਰਜ ਲਵੇ। ਉਹ ਗਾਉਂਦੀ ਤੁਰੀ ਜਾ ਰਹੀ ਹੈ ਅਤੇ ਕਵਿਤਾਵਾਂ ਪੱਤਿਆਂ ਵਾਂਗ ਉਹਦੇ ਕੋਲੋਂ ਝੜਦੀਆਂ ਜਾ ਰਹੀਆਂ ਨੇ। ਉਸ ਦੇ ਗੀਤਾਂ 'ਚੋਂ ਸੰਗੀਤਕ ਆਵੇਸ਼ ਡੁੱਲ ਡੁੱਲ ਪੈਂਦਾ ਹੈ। ਨੀ ਫੁੱਲਾਂ ਵਰਗੀਓ ਕੁੜੀਓ, ਨੀ ਚੋਭਾ ਜਰਦੀਓ ਕੁੜੀਓ, ਕਰੋ ਕੋਈ ਵੀ ਜਿਉਣ ਦਾ ਹੀਲਾ, ਨੀ ਤਿਲ ਤਿਲ ਮਰਦੀਓ ਕੁੜੀਓ। ਨੀ ਫੁੱਲਾਂ ਵਰਗੀਓ ਕੁੜੀਓ, ਨੀ ਚੋਭਾ ਜਰਦੀਓ ਕੁੜੀਓ, ਕਰੋ ਕੋਈ ਜਿਉਣ ਦਾ ਹੀਲਾ, ਨੀ ਤਿਲ ਤਿਲ ਮਰਦੀ ਓ ਕੁੜੀਓ। ਤੁਹਾਡੇ ਖਿੜਨ ਤੇ ਮਾਯੂਸ ਕਿਉਂ ਹੋ ਜਾਂਦੀਆਂ ਲਗਰਾਂ, ਤੇ ਰੁੱਖ ਵਿਹੜੇ ਦੇ ਕਰ ਲੈਂਦੇ ਨੇ ਕਾਹਤੋਂ ਨੀਵੀਆਂ ਨਜ਼ਰਾਂ। ਇੱਕ ਐਸੀ ਬੇਬਸੀ ਹੈ, ਬਣਦੀਆਂ ਕੁੱਖਾਂ ਹੀ ਕਿਉਂ ਕਬਰਾਂ, ਮਿਲੇ ਕਿਉਂ ਜੂਨ ਹੌਕੇ ਦੀ, ਨੀ ਹਾਸੇ ਵਰਗੀ ਓ ਕੁੜੀਓ, ਨੀ ਫੁੱਲਾਂ ਵਰਗੀ ਓ ਕੁੜੀਓ। ਕੋਈ ਬੂਟਾ ਕੋਈ ਸਾਇਆ ਤੁਹਾਡਾ ਕਿਉਂ ਨਹੀਂ ਬਣਦਾ, ਤੁਹਾਡੇ ਸਿਰ ਮੁਹੱਬਤ ਦਾ ਚੰਦੋਆ ਕਿਉਂ ਨਹੀਂ ਤਣਦਾ, ਕਿਤੇ ਤਾਂ ਅੰਤ ਵੀ ਹੋਊ ਥਲਾਂ ਦੀ ਇਸ ਸੁਲਗਣ ਦਾ। ਨੀ ਬੂਟੇ ਲਾਉਂਦੀ ਓ ਕੁੜੀਓ, ਨੀ ਛਾਵਾਂ ਕਰਦੀ ਓ ਕੁੜੀਓ, ਨੀ ਫੁੱਲਾਂ ਵਰਗੀ ਓ ਕੁੜੀਓ। ਤੁਹਾਡੀ ਅੱਖ ਦਾ ਸੁਪਨਾ ਹਕੀਕਤ ਵਿੱਚ ਕਦੋਂ ਬਦਲੂ,
कि ए दुर दुर जमाने दी मुहब्बत विच कदों बदलू ते आदम जात दी हिंसा हिफाजत विच कदों बदलू नी घोड़ियां गाउंदी ओ कुड़ियो कड़ोलियां भर दी ओ कुड़ियो नी फुल्लां वर्गी ओ कुड़ियो नी चोबा जरदी ओ कुड़ियो करो कोई जीवन दा हीला नी तिल तिल मरदी ओ कुड़ियो। बहुत थोड़े समय विच ही उसने भरपूर रचनावां दी सिरजना कीती। सूरज दी दहलीज, चिरागां दी डार, कणियां, पतझड़ विच पुंगर दे पत्ते, धुप दी चुन्नी, हजारा रंगां दी लाट, पुन्निया, नीलिया मोरावे, चिड़ियां, इन्हां पुस्तकां दा पाठकां, लेखकां ते विद्वानां वल्लों भरपूर स्वागत होया। दिलीप कौर टिवाणा ने सुखविंदर अमृत दीआं गज़लां बारे कहा, इश्क मजाजी ते इश्क हकीकी दे दुमेल नूं सिरजदी तेरी कविता विच उर्दू शायरी वाली नफासत ते नज़ाकत वेख के मैनूं लगा इह किसे इक जन्म दी कमाई नहीं। गुरबचन भुल्लर ने लिखिआ, सुखविंदर अमृत समकाली पंजाबी कविता दी इक प्रतिनिध ते प्रमाणिक कलम है। सोच दी गहरी शिद्दत ते कल्पना दी अंबरी उड़ान तो इलावा मठी मठी पीड़, मठी मठी चीस उदी कविता नू अपना ही खास रंग रूप देंदियां ने। मैं उदियां रचनावां लब लब के पढ़न वाला पाठक हाँ। जसवंत कमल ने कहा, तेरी कविता दी दहलीज ते खलो के जिंदगी दा हाल वेख्या, एक तेज कटार सीने लै गई, तू जिंदगी दे सजरे दर्द दा साज छेड़िया ते प्यार दे सच नू थम वांग उसारिया। वख-वख संस्थावां वल्लों एक शायरा दे तौर ते सुखविंदर अमृत नू सन्मानिया गया, जिन्हां विचों श्रोमणी पंजाबी कवि पुरस्कार 2008, गुरमुख सिंह मुसाफिर पुरस्कार 2007, करतार सिंह धालीवाल पुरस्कार 2007, बाबा बलवंत पुरस्कार 1999, अमृता प्रीतम पुरस्कार 2006 प्रमुख ने। सुखविंदर अमृत ने बहुत सारे राष्ट्रीय ते अंतरराष्ट्रीय समागमां विच शिरकत कीती। उसके गज़लां गीतां नूं वख-वख गायकां ने अपने अपने अंदाज नाल सुरां विच पिरोया। हे मेरी मात बोली, हे अखंड दीपमाला, खिंडिया है दूर तीकर तेरी होंद दा उजाला। हे मेरी मात बोली, हे अखंड दीपमाला, खिंडिया है दूर तीकर, खिंडिया है दूर तीकर तेरी होंद दा उजाला है मेरी। ओ नौजवाना, खास करके मुटियारां लई जिंदगी विच संघर्ष करके दुख ते विरोध विचों सफल होण दा एक प्रेरणा स्रोत है। मम्मा ने बहुत सारियां कवितावां लिखियां, बहुत सारियां गज़लां लिखियां, और उहदे चो जिहड़ी मैनूं सब तो पसंद आई ओह सीगी, शौक ही शौक विच मैं तबाह हो गई, पैर नंगे सी तेरे ते मैं का हो गई, आपां दोनों ने जाना सी इक्को जगह, तू सफर हो गया ते मैं राह हो गई। कोई पानी मेरी तेदा हानी ना सी, नी मैं पत्तना ते फिरदी फना हो गई। मोहब्बती संयोग दे विस्माद नू गाण वाली शायद ओ इक्को इक शायर है। पंजाबी गजल विच नारी आवाज दी मोतबरी दी जामन है। तेरे परांच रहनी जद तक उड़ान बाकी, तेरे परांच रहनी जद तक उड़ान बाकी, रहने ने ओ दो तीकर, रहने ने ओ दो तीकर, इम्तिहान बाकी परांच रहनी जद तक उड़ान बाकी, जद तक उड़ान बाकी।